ਅਕਸਰ ਪੰਜਾਬ ਪੁਲਿਸ ਆਪਣੇ ਕਾਰਨਾਮਿਆਂ ਕਾਰਨ ਚਰਚਾ ਵਿਚ ਰਹਿੰਦੀ ਹੈ, ਪਰ ਇਸ ਵਾਰ ਪੰਜਾਬ ਪੁਲਿਸ ਆਪਣੀ ਚੰਗਿਆਈ ਲਈ ਸੁਰਖੀਆਂ ਵਿਚ ਹੈ। ਦਰਅਸਲ ਲਹਿਰਾ ਗਾਗਾ ਵਿਚ ਪੰਜਾਬ ਪੁਲਿਸ ਦੀ ਡਿਊਟੀ ਚ ਤੈਨਾਤ ਕਰਮਚਾਰੀ, ਸੇਵਾ ਮੁਕਤ ਕਰਮਚਾਰੀ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਬੇਸਹਾਰਾ ਪਰਿਵਾਰਾਂ ਨੂੰ ਘਰ ਘਰ ਜਾ ਕੇ ਰਾਸ਼ਨ ਵੰਡ ਰਹੇ ਨੇ ਤੇ ਆਪਣੀ ਤਨਖਾਹ ਚੋਂ ਇਸ ਕੰਮ ਲਈ ਪੈਸੇ ਵੀ ਜਮ੍ਹਾਂ ਕਰਦੇ ਨੇ। 13 ਅਪ੍ਰੈਲ ਤੋਂ ਸ਼ੁਰੂ ਕੀਤੀ ਸੀ ਵਿਸਾਖੀ ਵਾਲੇ ਦਿਨ ਤੋਂ ਤੇ ਅੱਗੇ ਵੀ ਲਗਾਤਾਰ ਜਾਰੀ ਰਹੂਗੀ। ਹਾਂਜੀ, ਜਿਸ ਦਿਨ ਸ਼ੁਰੂ ਕੀਤੀ ਜੀ ਅਸੀਂ, ਉਸ ਦਿਨ 7 ਮੈਂਬਰ ਤੇ ਕੁੱਲ ਅਤੇ 4 ਪਰਿਵਾਰਾਂ ਨੂੰ ਰਾਸ਼ਨ ਦਿੰਦੇ ਤੇ ਅਸੀਂ, ਅਤੇ ਹੁਣ ਅਸੀਂ 23 ਮੈਂਬਰ ਹੋ ਗਏ ਜੀ। 18 ਪਰਿਵਾਰਾਂ ਨੂੰ ਰਾਸ਼ਨ ਦਿੰਦੇ ਜੀ, ਜੋ ਹਰ ਮਹੀਨੇ ਘਰ ਜਾ ਕੇ ਦੇ ਕੇ ਆਉਂਦੇ ਜੀ, ਗਰੀਬ ਪਰਿਵਾਰਾਂ ਦੇ ਜਿਹੜੇ ਲੋੜਵੰਦ ਪਰਿਵਾਰ ਨੇ। ਤੁਹਾਨੂੰ ਕਿੱਦਾਂ ਪਤਾ ਚੱਲਦਾ ਵੀ ਇੱਥੇ ਇਸ ਪਿੰਡ ਵਿੱਚ ਰਾਸ਼ਨ ਦੀ ਲੋੜ ਹੈ? ਅਸੀਂ ਪਿੰਡਾਂ ਦੇ ਵਿੱਚੋਂ ਪਤਾ ਕਰਦੇ ਜੀ, ਵੈਰੀਫਾਈ ਕੋਈ ਨਾ ਕੋਈ ਦੱਸ ਦਿੰਦੇ ਨੇ ਜੀ, ਫਿਰ ਅਸੀਂ ਜਾ ਕੇ ਆਪ ਚੈੱਕ ਕਰਕੇ ਆਉਣਾ ਜੀ ਘਰ। ਮੇਰੇ ਨੇ ਕੋਈ ਕਮਾਉਣ ਵਾਲਾ ਸਾਧਨ ਤਾਂ ਨਹੀਂ ਹੈਗਾ, ਫਿਰ ਅਸੀਂ ਉਹ 'ਚ ਸਿਲੈਕਟ ਕਰਕੇ ਸਾਰੇ ਮੈਂਬਰਾਂ ਨਾਲ ਮੀਟਿੰਗ ਕਰਕੇ ਜੀ, ਫਿਰ ਉਹ ਪਰਿਵਾਰ ਨੂੰ ਅਸੀਂ ਰਾਸ਼ਨ ਦੇਣਾ ਸ਼ੁਰੂ ਕਰ ਦਿੰਦੇ। ਕਿੰਨੇ ਕੁ ਪਰਿਵਾਰਾਂ ਨੂੰ ਹੁਣ ਤੱਕ ਰਾਸ਼ਨ ਦੇ ਚੁੱਕੇ ਹੋ ਜੀ? ਜੀ 18 ਪਰਿਵਾਰਾਂ ਨੂੰ ਦਿੰਦੇ ਜੀ ਹੁਣ ਤੱਕ ਰਾਸ਼ਨ ਦੇ। ਇਹ ਲਗਾਤਾਰ ਕਿੰਨੇ ਟਾਈਮ ਲਈ ਰਾਸ਼ਨ ਦਿੱਤੇ ਜਾਂਦੇ ਪਰਿਵਾਰ ਨੂੰ ਜੀ? ਅਸੀਂ ਮਹੀਨੇ ਸਵਾ ਮਹੀਨੇ ਬਾਅਦ ਦੇ ਕੇ ਆਉਣਾ ਜੀ ਹਰ ਵਾਰ। 13 ਅਪ੍ਰੈਲ 2019 ਦੇ ਵਿੱਚ ਸ਼ੁਰੂ ਕੀਤਾ ਸੀ ਅਸੀਂ, ਇੱਕ GPF ਤਾਂ ਸਟਾਲਾਂ ਦੇ ਵਿੱਚ ਸਾਡੀ ਮੀਟਿੰਗ ਹੋਈ, ਜਿਹਦੇ ਵਿੱਚ ਅਸੀਂ 4 ਪਰਿਵਾਰਾਂ ਨੂੰ ਪਹਿਲਾਂ ਰਾਸ਼ਨ ਦਿੱਤਾ, ਹੌਲੀ ਹੌਲੀ ਮੈਂਬਰ ਵੱਧਦੇ ਗਏ ਅਤੇ ਨਾਲ ਦੀ ਨਾਲ ਅਸੀਂ ਪਿੰਡਾਂ ਪਰਿਵਾਰਾਂ ਦੀ ਗਿਣਤੀ ਨੂੰ ਵਧਾਉਂਦੇ ਗਏ। ਹੁਣ ਤੱਕ 18 ਪਰਿਵਾਰ ਹਰ ਮਹੀਨੇ ਅਸੀਂ ਗਰੀਬ ਪਰਿਵਾਰਾਂ ਨੂੰ ਰਾਸ਼ਨ ਦਿੰਦੇ ਅਤੇ ਲਗਾਤਾਰ ਮੁਹਿੰਮ ਜਾਰੀ ਰਹੂਗੀ। ਹਾਂ, ਜਿੰਨਾ ਤੱਕ ਮੈਂਬਰਾਂ ਦਾ ਸਹਿਯੋਗ, ਲੋਕਾਂ ਦੇ ਦਾਨ ਦੇਣ ਦੀ ਦਿਸ਼ਾ ਨੂੰ ਬਦਲਣਾ ਪੈਣਾ, ਗੁਰਦੁਆਰੇ ਮੰਦਰਾਂ ਮਸੀਤਾਂ ਨੂੰ ਛੱਡ ਕੇ ਉਹ ਦਾਨ ਇਨਸਾਨੀ ਨੂੰ ਦੇਣਾ, ਤਾਂ ਇਹ ਲਗਾਤਾਰ ਚੱਲਦਾ ਰਹੇਗਾ। ਕਿਸ ਤਰੀਕੇ ਨਾਲ ਤੁਸੀਂ ਵੈਰੀਫਾਈ ਕਰਦੇ ਹੋ ਪਰਿਵਾਰਾਂ ਨੂੰ? ਪਰਿਵਾਰਾਂ ਦੇ ਵਿੱਚੋਂ ਪਿੰਡ ਦੇ ਵਿੱਚੋਂ ਕੋਈ ਵੀ ਬੰਦਾ ਜਦੋਂ ਸਾਨੂੰ ਦੱਸਦਾ ਵੀ ਇਹ ਪਰਿਵਾਰ ਲੋੜਵੰਦ ਹੈ, ਤਾਂ ਉਹਦੇ ਬਾਰੇ ਅਸੀਂ ਜਾਣਕਾਰੀ ਲੈ ਕੇ ਜਦੋਂ ਅਸੀਂ ਪਰਿਵਾਰ ਨੂੰ ਦੇਖਦੇ ਹਾਂ, ਉਹਦੇ ਹਾਲਾਤ ਦੇਖਦੇ ਹਾਂ, ਤਾਂ ਅਸੀਂ ਉਸ ਨੂੰ ਰਾਸ਼ਨ ਦੇਣ ਲਈ ਤਿਆਰ ਹੁੰਦੇ ਸਾਰੇ। ਉਧਰ ਦੂਜੇ ਪਾਸੇ ਲੋਕਾਂ ਵੱਲੋਂ ਵੀ ਪੰਜਾਬ ਪੁਲਿਸ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇਹ ਪੰਜਾਬ ਪੁਲਿਸ ਦਾ ਬਹੁਤ ਸ਼ਲਾਘਾਯੋਗ ਕਦਮ ਹੈ। ਹੈਲਪ ਗਰੁੱਪ ਜੋ ਬਣਾਇਆ ਇਹਨਾਂ ਨੇ ਗਰੀਬਾਂ ਦੀ ਸਹਾਇਤਾ ਲਈ, ਵਿਸ਼ੇਸ਼ ਤੌਰ 'ਤੇ ਘਰ ਘਰ ਜਾ ਕੇ ਗਰੀਬਾਂ ਨੂੰ ਰਾਸ਼ਨ ਦੇ ਕੇ ਆਉਣਾ, ਇਹ ਮਹਾਂ ਸ਼ਲਾਘਾਯੋਗ ਕਦਮ ਹੈ। ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਇਸ ਗੱਲੋਂ ਧੰਨਵਾਦ ਕਰਦਾ ਕਿ ਜਿੱਥੇ ਅੱਜ ਦੇ ਯੁੱਗ ਦੇ ਅੰਦਰ ਜੋ ਪੁਲਿਸ ਦਾ ਭੈੜਾ ਮਾਹੌਲ ਹੈ, ਉਹ ਜਗ੍ਹਾ ਦੇ ਉੱਤੇ ਪੁਲਿਸ ਦੁਆਰਾ ਗਰੀਬਾਂ ਦੀ ਘਰ ਘਰ ਜਾ ਕੇ ਮਦਦ ਕਰਨਾ, ਇਹ ਆਪਣੇ ਆਪ ਦੇ ਵਿੱਚ ਬਹੁਤ ਬੜੀ ਬਾਤ, ਸ਼ਲਾਘਾਯੋਗ ਕਦਮ ਹੈ। ਬਹਿਰਹਾਲ ਪੰਜਾਬ ਪੁਲਿਸ ਦੇ ਇਹਨਾਂ ਮੁਲਾਜ਼ਮਾਂ ਦੀ ਉਹਨਾਂ ਦੇ ਕੰਮਾਂ ਲਈ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਜ਼ਰੂਰਤ ਹੈ ਹੋਰ ਵੀ ਪੁਲਿਸ ਕਰਮਚਾਰੀਆਂ ਨੂੰ ਇਹਨਾਂ ਤੋਂ ਸਿੱਖ ਲੈਣ ਦੀ, ਤਾਂ ਕਿ ਸਮਾਜ ਦੇ ਬੇਸਹਾਰਾ ਲੋਕਾਂ ਨੂੰ ਸਹਾਰਾ ਮਿਲ ਸਕੇ। ਲਹਿਰਾ ਗਾਗਾ ਤੋਂ ਅਨਿਲ ਜੈਨ ਦੀ ਰਿਪੋਰਟ, ਟੈਲੀਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਪਿਰਾਮਿਡ ਈ ਸਰਵਿਸਿਜ਼ ਨਾਲ ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।